ਇਹ ਮਨ ਸੁੰਦਰ ਆਪਣਾ ਆਪਣਾ ਹਰ ਨਾਮ ਜੀ ਹੈ ਰੰਗਰੀ ਇਹ ਮਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਈਫ ਮੋਡਿਊਲ 6, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਅਸੀਂ ਪਿਛਲੇ ਪਾਰਟ ਵਿੱਚ ਡਿਸਕਸ ਕੀਤਾ ਕੁਛ ਵੈਲਿਊਜ਼ ਨੂੰ ਔਰ ਸਮਝਣ ਦੀ ਕੋਸ਼ਿਸ਼ ਕੀਤੀ ਗੁਰਬਾਣੀ ਦੇ ਆਧਾਰ 'ਤੇ ਸਾਨੂੰ ਕੀ ਮੈਸੇਜ ਮਿਲਦਾ ਹੈ। ਅਤੇ ਚਲੋ ਆਓ ਅਸੀਂ ਕੰਟੀਨਿਊ ਕਰਦੇ ਹਾਂ ਔਰ ਦੇਖਦੇ ਹਾਂ ਅਗਲੇ ਪਾਰਟ ਦੇ ਵਿੱਚ ਕੁਛ ਹੋਰ ਵੈਲਿਊਜ਼ ਦੇ ਬਾਰੇ। ਅਤੇ ਹੁਣ ਜਿਹੜਾ ਅਸੀਂ ਐਸਪੈਕਟ ਲੈਣ ਜਾ ਰਹੇ ਹਾਂ ਉਹ ਹੈ ਨਿਆਂ, ਯਾਨੀ ਕਿ ਜਸਟਿਸ। ਜਿੱਥੇ ਤੱਕ ਨਿਆਂ ਜਾਂ ਜਸਟਿਸ ਦਾ ਸਵਾਲ ਹੈ, ਆਲ ਓਵਰ ਵਰਲਡ ਕਿਤੇ ਨਾ ਕਿਤੇ ਇੱਕ ਜਸਟਿਸ ਸਿਸਟਮ ਹੁੰਦਾ ਦੁਨੀਆ ਦੇ ਵਿੱਚ, ਔਰ ਹਰ ਇੱਕ ਮੁਲਕ ਨੇ ਆਪਣੇ ਹਿਸਾਬ ਨਾਲ ਕੁਛ ਜਸਟਿਸ ਸਿਸਟਮ ਬਣਾਏ ਹਨ। ਸਭ ਨਾਲ ਪਹਿਲੇ ਤਾਂ ਜ਼ਰੂਰੀ ਹੈ ਕਿ ਜੋ ਦੁਨੀਆ ਦੇ ਜਸਟਿਸ ਸਿਸਟਮ ਹਨ ਉਹ ਕਿਤੇ ਨਾ ਕਿਤੇ ਇਸ ਆਸਪੈਕਟ ਨੂੰ ਵੀ ਧਿਆਨ ਵਿੱਚ ਰੱਖਣ ਕਿ ਅਸੀਂ ਜੋ ਪਰਮਾਤਮਾ ਦੇ ਬਣਾਏ ਮਨੁੱਖ ਹਾਂ ਉਹਨਾਂ ਨਾਲ ਪੂਰੀ ਤਰ੍ਹਾਂ ਉਸ ਤਰ੍ਹਾਂ ਜਸਟਿਸ ਕਰ ਰਹੇ ਹਾਂ ਜਿਸ ਤਰ੍ਹਾਂ ਕਿ ਹੋਣਾ ਚਾਹੀਦਾ ਹੈ। ਔਰ ਹੋਏ ਨਾ ਹੋਏ ਕਿਤੇ ਨਾ ਕਿਤੇ ਇਹਨਾਂ ਵਿਚਕਾਰ ਦੇ ਵਿੱਚ ਸਿਸਟਮ ਦੇ ਵਿਚਕਾਰ ਵੀ ਕੋਈ ਫਲੋਅ ਵੀ ਹੋ ਸਕਦੇ ਹਨ। ਹੋ ਸਕਦਾ ਕਿਤੇ ਕਿਤੇ ਜਸਟਿਸ ਸਿਸਟਮ ਬਹੁਤ ਠੀਕ ਚੱਲਦਾ ਹੋਏ ਔਰ ਫੋਲੋ ਵੀ ਹੁੰਦਾ ਹੋਏ, ਪਰ ਇਹ ਆਸਪੈਕਟ ਹਿਊਮਨ ਰਾਈਟ ਪ੍ਰੋਟੈਕਸ਼ਨ ਲਈ ਬਹੁਤ ਜ਼ਰੂਰੀ ਹੈ ਕਿ ਜਸਟਿਸ ਸਿਸਟਮ ਸਟਰੋਂਗ ਹੋਣਾ ਚਾਹੀਦਾ ਔਰ ਹਰ ਇਨਸਾਨ ਨੂੰ ਇੱਥੇ ਜਸਟਿਸ ਮਿਲਣਾ ਚਾਹੀਦਾ। ਔਰ ਇਹਦੇ ਬਾਰੇ ਵੀ ਗੁਰੂ ਸਾਹਿਬਾਨ ਦਾ ਜੋ ਵਿਚਾਰ ਹੈ ਉਹ ਕਹਿੰਦੇ ਹਨ ਕਿ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਨ ਹਾਰ, ਦ ਕ੍ਰੀਏਟਰ ਐਡਮਿਨਿਸਟਰਸ ਟਰੂ ਜਸਟਿਸ, ਹੀ ਇਜ਼ ਦ ਸੇਵਿੰਗ ਗ੍ਰੇਸ ਆਫ ਇਸ ਹੰਬਲ ਵੰਸ। ਅਤੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ ਕਿ ਜੋ ਪਰਮਾਤਮਾ ਦਾ ਸਿਸਟਮ ਹੈ ਉਹਦੇ ਵਿੱਚ ਪੂਰਾ ਨਿਆਂ ਹੈ। ਉੱਥੇ ਕਦੇ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕਿਸੇ ਨੂੰ ਕੋਈ ਭੇਦਭਾਵ ਹੋ ਗਿਆ ਹੋਏ ਵੀ ਚਲੋ ਇਹ ਪਰਮਾਤਮਾ ਦਾ ਸੋਚਿਆ ਵੀ ਇਹ ਫਲਾਣੀ ਜਾਤੀ ਦਾ ਜਾਂ ਫਲਾਣੀ ਜਗ੍ਹਾ ਦਾ ਜਾਂ ਕੁਛ। ਜਸਟਿਸ ਸਿਸਟਮ ਨੂੰ ਲੈ ਕੇ ਬਹੁਤ ਸਾਰੇ ਕੰਸਰਨਸ ਹੈ, ਪਰਟੀਕੂਲਰਲੀ ਅਗਰ ਜੇ ਜਸਟਿਸ ਟਾਈਮ 'ਤੇ ਨਾ ਮਿਲੇ ਤਾਂ। ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਾਰ ਜਸਟਿਸ ਟਾਈਮ 'ਤੇ ਨਹੀਂ ਮਿਲਦਾ ਔਰ ਅਸੀਂ ਆਮ ਤੌਰ 'ਤੇ ਕਹਿੰਦੇ ਵੀ ਹਾਂ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਪਰ ਜੇ ਤੁਸੀਂ ਸ਼ਬਦ ਦੀ ਗਹਿਰਾਈ ਵਿੱਚ ਜਾ ਕੇ ਦੇਖੋ ਤਾਂ ਇੱਕ ਜੋ ਸਪਸ਼ਟ ਚੀਜ਼ ਸਾਹਮਣੇ ਆਉਂਦੀ ਹੈ ਕਿ ਅਗਰ ਕਿਤੇ ਨਿਆਂ ਅਧੂਰਾ ਰਹਿ ਗਿਆ ਉਹ ਨਿਆਂ ਉੱਥੇ ਜਾ ਕੇ ਪੂਰਾ ਹੋ ਜਾਂਦਾ। ਕਹਿੰਦੇ ਨੇ ਪੂਰਾ ਨਿਆਂ ਕਰੇ ਕਰਤਾਰ, ਤੁਸੀਂ ਅਗਰ ਅਧੂਰਾ ਛੱਡ ਦਿਓਗੇ ਤਾਂ ਉੱਤੇ ਤਾਂ ਨਹੀਂ ਬਚ ਸਕਦੇ ਨਾ। ਅਤੇ ਬੜੀ ਵੱਡੀ ਗੱਲ ਕਹੀਏ ਕਿ ਕਿਸੇ ਨੂੰ ਇਹ ਫਿਕਰ ਨਹੀਂ ਹੋਣਾ ਚਾਹੀਦਾ ਕਿ ਮੈਂ ਉਹਦੇ ਨਾਲ ਨਿਆਂ ਕਰ ਦਿੱਤਾ। ਬਿਲਕੁਲ ਬਿਲਕੁਲ, ਇਹ ਧਿਆਨ ਵਿੱਚ ਵੀ ਨਹੀਂ ਜਾਣਾ ਚਾਹੀਦਾ। ਕਿਤੇ ਨਾ ਕਿਤੇ ਨਿਆਂ ਪੂਰਾ ਜ਼ਰੂਰ ਹੋ ਜਾਣਾ, ਪੂਰਾ ਨਿਆਂ ਕਰੇ ਇੱਥੇ ਦਾ ਅਧੂਰਾ ਵੀ ਉੱਥੇ ਪੂਰਾ ਜ਼ਰੂਰ ਹੋ ਜਾਂਦਾ। ਇਸ ਕਰਕੇ ਸਾਨੂੰ ਮਾਇੰਡ 'ਚ ਨਹੀਂ ਆਉਣਾ ਚਾਹੀਦਾ ਫਲਾਣੇ ਨਾਲ ਤਾਂ ਉਹਨੇ ਕੀਤਾ ਸੀ, ਹਾਂ ਉਹਨੇ ਕੀਤਾ ਔਰ ਉਹਨੂੰ ਫਿਰ ਨਿਆਂ ਦੇਖੋ ਕਿਸ ਤਰ੍ਹਾਂ ਦਾ ਮਿਲ ਗਿਆ, ਇਹ ਹੋ ਗਿਆ। ਠੀਕ ਹੈ, ਜੋ ਸਿਸਟਮ ਚੱਲ ਰਿਹਾ ਉਹਦੇ ਅੰਦਰ ਜਿਤਨੀਆਂ ਵੀ ਕਮੀਆਂ ਪੇਸ਼ੀਆਂ ਉਹ ਕਿਤੇ ਨਾ ਕਿਤੇ ਇੱਕ ਲੈਵਲ 'ਤੇ ਜਾ ਕੇ ਬਰਾਬਰ ਹੋ ਜਾਂਦੀਆਂ ਨੇ। ਅਤੇ ਇੱਥੇ ਜਦੋਂ ਅਸੀਂ ਨਿਆਂ ਦੀ ਗੱਲ ਕਰਦੇ ਹਾਂ, ਇੱਕ ਐਲੀਮੈਂਟ ਹੈ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਔਰ ਜੋ ਕਿ ਜਸਟਿਸ ਦੇ ਅੰਦਰ ਰਿਫਲੈਕਟ ਹੋਣਾ ਚਾਹੀਦਾ ਔਰ ਉਹਨੂੰ ਅਸੀਂ ਕਹਿੰਦੇ ਹਾਂ ਫੇਅਰਨੈਸ। ਯਾਨੀ ਕਿ ਜਿਤਨਾ ਜਸਟਿਸ ਹੈ, ਜਸਟਿਸ ਸ਼ੁੱਡ ਨੋਟ ਓਨਲੀ ਬੀ ਡਨ, ਜਸਟਿਸ ਸ਼ੁੱਡ ਐਪੀਅਰ ਟੂ ਬੀ ਹੈਵ ਬੀਨ ਡਨ। ਕਿ ਜਿਤਨਾ ਜਸਟਿਸ ਹੈ ਅਸੀਂ ਉਸ ਤਰ੍ਹਾਂ ਦੇ ਰੂਲਸ ਬਣਾਈਏ, ਉਸ ਤਰ੍ਹਾਂ ਦੇ ਰੈਗੂਲੇਸ਼ਨਸ ਬਣਾਈਏ ਕਿ ਸਿਰਫ ਜਸਟਿਸ ਹੋਏ ਨਹੀਂ, ਸਿਰਫ ਇਹ ਨਾ ਹੋਏ ਕਿ ਅਸੀਂ ਜਸਟਿਸ ਕਰ ਦਿੱਤਾ, ਪਰ ਇਹ ਲੱਗਣਾ ਚਾਹੀਦਾ ਕਿ ਵਾਕਈ ਜਸਟਿਸ ਹੋਇਆ। ਹਾਲਾਂਕਿ ਅਸੀਂ ਜਾਣਦੇ ਹਾਂ ਉਸ ਤੋਂ ਬਾਅਦ ਪਰਮਾਤਮਾ ਨੇ ਪੂਰਾ ਨਿਆਂ ਕਰ ਦੇਣਾ। ਅਤੇ ਜਿੱਥੇ ਤੱਕ ਫੇਅਰਨੈਸ ਦਾ ਸਵਾਲ ਹੈ, ਇੱਥੇ ਵੀ ਗੁਰਬਾਣੀ ਵਿੱਚ ਗੁਰੂ ਸਾਹਿਬ ਦਾ ਇੱਕ ਬਹੁਤ ਹੀ ਸਪਸ਼ਟ ਫਰਮਾਨ ਹੈ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ, ਦ ਗੋਡ ਕੋਨਸ਼ੀਅਸ ਬੀਂਗ ਲੁਕਸ ਅਪੋਨ ਆਲ ਅਲਾਈਕ ਲਾਈਕ ਵਿੰਡ ਵਿਚ ਬਲੋਜ਼ ਈਕੁਅਲੀ ਅਪੋਨ ਕਿੰਗ ਐਂਡ ਦ ਪੂਅਰ ਬੈਗਰ। ਅਤੇ ਕਿੰਨੇ ਸੋਹਣੇ ਤਰੀਕੇ ਨਾਲ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜਿਵੇਂ ਹਵਾ ਚੱਲਦੀ ਹੈ ਅਤੇ ਉਹ ਕੋਈ ਵਿਤਕਰਾ ਨਹੀਂ ਕਰਦੀ ਕਿ ਉਹ ਰਾਜਾ ਵੇ ਜਾਂ ਰੰਕ ਹੈ, ਉਹ ਦੋਨਾਂ ਲਈ ਬਰਾਬਰ ਚੱਲਦੀ ਹੈ। ਇਸੇ ਤਰ੍ਹਾਂ ਮਨੁੱਖ ਦਾ ਸੁਭਾਅ ਹੋਣਾ ਚਾਹੀਦਾ ਕਿ ਜਦੋਂ ਉਹ ਜਸਟਿਸ ਕਰੇ ਤਾਂ ਉਹਦੇ 'ਚ ਫੇਅਰਨੈਸ ਦਾ ਇੰਨਾ ਐਲੀਮੈਂਟ ਹੋਏ ਕਿ ਉਹ ਦੇਖੇ ਹੀ ਨਾ ਕਿ ਇਸ ਬੰਦੇ ਦਾ ਕੀ ਸਟੇਟਸ ਹੈ, ਕੀ ਬੈਕਗਰਾਊਂਡ ਹੈ, ਇਨਫਲੂਐਂਸ਼ੀਅਲ ਬੰਦਾ ਹੈ ਜਾਂ ਨਹੀਂ ਹੈ, ਗਰੀਬ ਹੈ ਅਮੀਰ ਹੈ। ਉਹ ਸਿਰਫ ਅਤੇ ਸਿਰਫ ਨਿਆਂ ਦੀ ਗੱਲ ਕਰੇ, ਅਤੇ ਇਹ ਫੇਅਰਨੈਸ ਤਾਂ ਹੀ ਆਏਗੀ ਜਦੋਂ ਅਸੀਂ ਪ੍ਰਭਾਵਿਤ ਨਾ ਹੋ ਕੇ ਡਿਸੀਜ਼ਨ ਲਈਏ, ਔਰ ਉਹਦੇ ਨਾਲ ਕੀ ਹੋਏਗਾ ਕਿ ਸਾਡਾ ਜੋ ਜਸਟਿਸ ਸਿਸਟਮ ਹੈ ਉਹਦੇ 'ਤੇ ਟਰੱਸਟ ਬਣੇਗਾ। ਔਰ ਇਹ ਹਰ ਇਨਸਾਨ ਦਾ ਹੱਕ ਹੈ ਕਿ ਅਗਰ ਉਹਨੂੰ ਜਸਟਿਸ ਨਹੀਂ ਮਿਲ ਰਿਹਾ ਤਾਂ ਕਿਤੇ ਨਾ ਕਿਤੇ ਉਹਨੂੰ ਜਸਟਿਸ ਦਿਵਾਇਆ ਜਾਏ।
ਹਾਲਾਂਕਿ ਇਹ ਬਹੁਤ ਕੁਛ ਸਰਕਾਰਾਂ ਦੇ ਕੰਮ ਨੇ, ਪਰ ਇਹ ਜ਼ਰੂਰੀ ਨਹੀਂ ਕਿ ਹਰ ਚੀਜ਼ ਸਾਡੀ ਕੋਰਟ ਵਿੱਚ ਹੀ ਜਾ ਕੇ ਫੈਸਲੇ ਹੁੰਦੇ ਹਨ। ਸਾਨੂੰ ਸਾਰਾ ਦਿਨ ਕਿਤੇ ਨਾ ਕਿਤੇ ਜਸਟਿਸ ਦੀ ਲੋੜ ਪੈਂਦੀ ਹੈ ਜਦੋਂ ਅਸੀਂ ਆਪਸ ਵਿੱਚ ਵੀ ਇੱਕ ਦੂਸਰੇ ਨੂੰ ਡੀਲ ਕਰਦੇ ਹਾਂ, ਅਤੇ ਹਰ ਗੱਲ 'ਤੇ ਕੋਰਟ ਵਾਲਾ ਤਾਂ ਇੱਕ ਆਸਪੈਕਟ ਹੋ ਗਿਆ, ਪਰ ਅਸੀਂ ਜੋ ਵੀ ਮਨੁੱਖ ਸਾਡੇ ਸਾਹਮਣੇ ਹੈ, ਜੋ ਸਿਚੁਏਸ਼ਨ ਹੈ, ਉਹਦੇ 'ਚ ਅਸੀਂ ਇਹ ਦੇਖੀਏ ਕਿ ਅਸੀਂ ਵੀ ਜਸਟਿਸ ਕਰ ਰਹੇ ਹਾਂ, ਅਸੀਂ ਕੋਈ ਨਿਆਂ ਨਾਲ ਧੋਖਾ ਨਹੀਂ ਕਰ ਰਹੇ, ਅਸੀਂ ਇਤਨੇ ਫੇਅਰ ਹਾਂ ਕਿ ਅਸੀਂ ਇਹ ਨਹੀਂ ਦੇਖਦੇ ਕਿ ਇਸ ਬੰਦੇ ਨੂੰ ਸਾਨੂੰ ਖੁਸ਼ ਕਰਨਾ ਹੈ, ਚਾਪਲੂਸੀ ਕਰਨੀ ਹੈ, ਪਰ ਜਸਟਿਸ ਕਰਨਾ ਬਹੁਤ ਜ਼ਰੂਰੀ ਹੈ। ਸੋ ਜਸਟਿਸ ਐਂਡ ਫੇਅਰਨੈਸ, ਆਈ ਥਿੰਕ ਫੇਅਰਨੈਸ ਇਜ਼ ਐਨ ਇੰਪੋਰਟੈਂਟ ਐਲੀਮੈਂਟ ਆਫ ਜਸਟਿਸ ਸਿਸਟਮ ਇਟਸੈਲਫ, ਔਰ ਸਾਨੂੰ ਹਰ ਕਿਸੇ ਸਿਚੁਏਸ਼ਨ ਦੇ ਵਿੱਚ ਜਸਟਿਸ ਕਰਨਾ ਹੈ, ਚਾਹੇ ਉਹ ਵੈਲਿਊਜ਼ ਨੂੰ ਹੀ ਫੋਲੋ ਕਰਨ ਨੂੰ ਲੈ ਕੇ ਕਿਉਂ ਨਾ ਹੋਏ, ਅਤੇ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਚੀਜ਼ ਹੈ। ਅਤੇ ਇਹ ਜਿਹੜੇ ਅਸੀਂ ਅੱਜ ਪੁਆਇੰਟ ਡਿਸਕਸ ਕੀਤੇ ਹੈ, ਚਾਹੇ ਉਹ ਲਵ ਫਾਰ ਨੇਚਰ ਹੈ, ਚਾਹੇ ਲਵ ਫਾਰ ਕ੍ਰੀਚਰਸ ਹੈ, ਜਦੋਂ ਅਸੀਂ ਲਵ ਫਾਰ ਕ੍ਰੀਚਰਸ ਦੀ ਗੱਲ ਕਰਦੇ ਹਾਂ, ਅਤੇ ਉਹਦੇ 'ਚ ਅਸੀਂ ਸੇਫਟੀ ਆਫ ਲਾਈਫ ਦੀ ਗੱਲ ਕਰਦੇ ਹਾਂ, ਉਹਦੇ ਵਿਚਕਾਰ ਅਸੀਂ ਗੱਲ ਕਰਦੇ ਹਾਂ ਯੂਨੀਵਰਸਲ ਬ੍ਰਦਰਹੁੱਡ ਦੀ, ਜਾਂ ਫਿਰ ਅਸੀਂ ਗੱਲ ਕਰਦੇ ਹਾਂ ਪ੍ਰੋਟੈਕਸ਼ਨ ਆਫ ਰਾਈਟਸ ਦੀ, ਔਰ ਐਂਡ ਅਸੀਂ ਫਰਦਰ ਉਹਨਾਂ ਨੂੰ ਦੇਖਿਆ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਹਨ ਜਿਹੜਾ ਕਿ ਸਾਡਾ ਵੈਲਿਊ ਸਿਸਟਮ ਦਾ ਪਾਰਟ ਬਣ ਸਕਦੀਆਂ ਹਨ। ਅਤੇ ਮੈਂ ਸਮਝਦਾ ਇਹਦੇ ਨਾਲ ਤੁਹਾਨੂੰ ਕੁਛ ਨਾ ਕੁਛ ਹੋਰ ਰੋਸ਼ਨੀ ਜੋ ਗੁਰਬਾਣੀ ਦੇ ਆਧਾਰ 'ਤੇ ਆ ਜ਼ਰੂਰ ਮਿਲੀ ਹੋਏਗੀ। ਹਾਂਜੀ, ਬਾਕੀ ਸਾਡਾ ਇੱਕ ਵਾਰ ਜਦੋਂ ਸਾਨੂੰ ਕਲੈਰਿਟੀ ਆਉਂਦੀ ਹੈ ਤਾਂ ਸਾਨੂੰ ਥੋੜ੍ਹਾ ਫੋਲੋ ਕਰਨਾ ਵੀ ਆਸਾਨ ਹੋ ਜਾਂਦਾ। ਅਤੇ ਅਗਰ ਤੁਹਾਡਾ ਇਸ ਸਟੇਜ 'ਤੇ ਕੋਈ ਕੁਐਸਚਨ ਹੈ ਤਾਂ ਤੁਸੀਂ ਬੇਸ਼ੱਕ ਪੁੱਛੋ। ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਥਰ ਤਲੀ ਗਲੀ ਮੇਰੀ ਆ